Hello viewers, this is Rajendra Kumar here and you are watching Gateway to English. Dear friends, appa narration kar rahe si direct indirect speech te apna jo direct to indirect speech banaun da tarika hai method ki apna oh eh si ke pehla appa dekhya ki commas di thaan te kede kede conjunctions use hunde ne oh apniyan videos upload ho gayi clear ho gaya hovega tusi dekh chukke hovoge videos ਉਸ ਤੋਂ ਬਾਅਦ ਦੂਸਰਾ ਸਟੈਪ ਆਪਣਾ ਚੱਲ ਰਿਹਾ ਹੈ ਕਿ ਜੋ ਇੱਥੇ ਵਰਬ ਹੈ ਇਹ ਰਿਪੋਰਟਿੰਗ ਵਰਬ ਇਸ ਦੇ ਵਿੱਚ ਕੀ ਚੇਂਜਸ ਹੋ ਸਕਦੇ ਨੇ ਠੀਕ ਹੈ ਤੇ ਇਹ ਚੇਂਜ ਇੱਥੇ ਚੇਂਜਸ ਵਾਲੀ ਆਪਣੀ ਇਹ ਲਾਸਟ ਵੀਡੀਓ ਹੈ ਉਸ ਤੋਂ ਬਾਅਦ ਅਗਲੀ ਵੀਡੀਓਜ਼ ਦੇ ਵਿੱਚ ਆਪਾਂ ਦੇਖਾਂਗੇ ਕਿ ਜੋ ਇਹ ਆਪਣੀ ਸਪੀਚ ਹੈ ਰਿਪੋਰਟਡ ਸਪੀਚ ਇਸ ਦੇ ਵਿੱਚ ਕੀ ਚੇਂਜਸ ਹੁੰਦੇ ਨੇ ਠੀਕ ਹੈ ਜੀ ਸੋ ਵਿਦਆਊਟ ਵੇਸਟਿੰਗ ਟਾਈਮ ਆਪਾਂ ਸ਼ੁਰੂ ਕਰਦੇ ਹਾਂ ਜੇਕਰ ਰਿਪੋਰਟਡ ਸਪੀਚ ਹੋਵੇਗੀ ਐਕਸਕਲੇਮੇਟਰੀ ਠੀਕ ਹੈ ਐਕਸਕਲੇਮੇਟਰੀ ਹੁਣ ਐਕਸਕਲੇਮੇਟਰੀ ਦਾ ਆਪਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਜੋ ਸੈਂਟੈਂਸ ਐਕਸਕਲੇਮੇਟਰੀ ਹੈ ਸੋ ਫ੍ਰੈਂਡਸ ਧਿਆਨ ਰੱਖਣਾ ਐਕਸਕਲੇਮੇਟਰੀ ਸੈਂਟੈਂਸ ਦੇ ਲਾਸਟ ਤੇ ਇਹ ਐਕਸਕਲੇਮੇਸ਼ਨ ਮਾਰਕ ਲੱਗਿਆ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਡੰਡੀ ਲਗਾ ਕੇ ਹੇਠਾਂ ਇੱਕ ਡੋਟ ਲੱਗੀ ਹੁੰਦੀ ਹੈ ਦਿਸ ਇਜ਼ ਕਾਲਡ ਐਕਸਕਲੇਮਾਰਕ ਆਫ ਐਕਸਕਲੇਮੇਸ਼ਨ ਠੀਕ ਹੈ ਤਾਂ ਇਹ ਐਕਸਕਲੇਮੇਸ਼ਨ ਦਾ ਮਾਰਕ ਜੋ ਲੱਗਿਆ ਹੋਊਗਾ ਠੀਕ ਹੈ ਜੀ ਇਸ ਤੋਂ ਪਤਾ ਲੱਗ ਜਾਂਦਾ ਆਪਾਂ ਨੂੰ ਕਿ ਸੈਂਟੈਂਸ ਜੋ ਹੈ ਐਕਸਕਲੇਮੇਟਰੀ ਹੈ ਇਸ ਤੋਂ ਬਿਨਾਂ ਇਸ ਮਾਰਕ ਤੋਂ ਬਿਨਾਂ ਕੁਝ ਇੰਟਰਜੈਕਸ਼ਨਸ ਜਿਹਨਾਂ ਨੂੰ ਆਪਾਂ ਕਹਿੰਦੇ ਆ ਉਹ ਵੀ ਯੂਜ਼ ਹੋ ਸਕਦੇ ਨੇ ਨਾ ਸੈਂਟੈਂਸਿਸ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਤੁਹਾਨੂੰ ਜਿਵੇਂ ਆ ਮੈਂ ਲਿਖਿਆ ਦੇਖੋ ਇੰਟਰਜੈਕਸ਼ਨਸ ਆ ਆਓ ਬ੍ਰੇਵੋ ਹੁਰਰਾ ਐਲਾਸ ਠੀਕ ਹੈ ਵੈਲ ਡਨ ਇਸ ਤਰ੍ਹਾਂ ਦੇ ਇਹ ਜੋ ਵਰਡਸ ਹੋਣਗੇ ਲਿਖੇ ਹੋਏ ਇਹਨੂੰ ਕਹਿੰਦੇ ਆਪਾਂ ਇੰਟਰਜੈਕਸ਼ਨਸ ਅਤੇ ਨਾਲ ਜੋ ਇਸ ਤਰ੍ਹਾਂ ਐਕਸਕਲੇਮੇਸ਼ਨ ਮਾਰਕ ਜ਼ਰੂਰ ਇਹਨਾਂ ਦੇ ਵੀ ਲੱਗਿਆ ਹੁੰਦਾ ਹੈ ਇਹ ਪਛਾਣ ਹੈ ਇਹਨਾਂ ਦੀ ਇਹ ਹੋ ਸਕਦਾ ਹੈ ਇਹਨਾਂ ਵਿੱਚੋਂ ਵਰਡ ਨਾ ਵੀ ਹੋਵੇ ਲਾਸਟ ਤੇ ਜਦ ਐਕਸਕਲੇਮੇਸ਼ਨ ਮਾਰਕ ਲੱਗਿਆ ਹੋਵੇ ਤਾਂ ਵੀ ਸੈਂਟੈਂਸ ਜੋ ਹੈ ਐਕਸਕਲੇਮੇਟਰੀ ਹੋ ਜਾਂਦਾ ਹੈ ਹੁਣ ਇਹ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਿ ਐਕਸਕਲੇਮ ਦਾ ਮਤਲਬ ਕੀ ਹੈ ਐਕਸਕਲੇਮ ਐਕਸਕਲੇਮ ਦਾ ਮਤਲਬ ਹੁੰਦਾ ਚੁਕਰਾਏ ਚਿੱਲਾਉਣਾ ਯਾਨੀ ਕਿ ਅਚਾਨਕ ਕੋਈ ਗੱਲ ਕਹਿ ਦੇਣਾ ਇੱਕਦਮ ਠੀਕ ਹੈ ਉਹ ਗੱਲ ਜੋ ਹੈ ਹੈਰਾਨੀ ਨਾਲ ਵੀ ਹੋ ਸਕਦੀ ਹੈ ਇੱਕਦਮ ਠੀਕ ਹੈ ਕੋਈ ਚੀਜ਼ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦੀ ਕੋਈ ਬਿਲਡਿੰਗ ਵਧੀਆ ਦੇਖੀ ਆਪਾਂ ਨੇ ਕੋਈ ਫਲਾਵਰ ਬਹੁਤ ਸੋਹਣਾ ਦੇਖ ਲਿਆ ਆਪਾਂ ਨੇ ਤੇ ਇੱਕਦਮ ਆਪਾਂ ਕਹਿੰਦੇ ਵਾਟ ਅ ਫਾਈਨ ਬਿਲਡਿੰਗ ਵਾਟ ਅ ਫਾਈਨ ਫਲਾਵਰ ਠੀਕ ਹੈ ਇਸ ਤਰ੍ਹਾਂ ਬੋਲ ਦਿੰਦੇ ਹਾਂ ਆਪਾਂ ਜਾਂ ਡਰ ਕੇ ਵੀ ਕੋਈ ਚੀਜ਼ ਬੋਲੀ ਜਾ ਸਕਦੀ ਹੈ ਜਾਂ ਦੁੱਖ ਨਾਲ ਕੋਈ ਗੱਲ ਆਪਾਂ ਇੱਕਦਮ ਕਹਿ ਦਿੰਦੇ ਹਾਂ ਆਪਣੇ ਮੂੰਹ 'ਚ ਇੱਕਦਮ ਗੱਲ ਨਿਕਲ ਜਾਂਦੀ ਹੈ ਠੀਕ ਹੈ ਉਸ ਨੂੰ ਆਪਾਂ ਐਕਸਕਲੇਮ ਕਹਿੰਦੇ ਆਪਾਂ ਵੀ ਐਕਸਕਲੇਮ ਹੋ ਗਈ ਗੱਲ ਇਹ ਚਿੱਲਾਏ ਆਪਾਂ ਇੱਕਦਮ ਬੋਲਿਆ ਠੀਕ ਹੈ ਸੋ ਇਸ ਕਰਕੇ ਇਸ ਜਦੋਂ ਰਿਪੋਰਟਡ ਸਪੀਚ ਐਕਸਕਲੇਮੇਟਰੀ ਹੋਵੇ ਤਾਂ ਇੱਧਰ ਜੋ ਹੈ ਇੱਕ ਵਰਡ ਬਹੁਤ ਅਹਿਮ ਹੈ ਜੋ ਇਸ ਤੋਂ ਹੀ ਰਿਲੇਟਡ ਹੈ ਸੋ ਦੇਖੋ ਐਕਸਕਲੇਮੇਟਰੀ ਜੋ ਹੈ ਇਸ ਤੋਂ ਹੀ ਬਣਿਆ ਕਿਸ ਤੋਂ ਐਕਸਕਲੇਮ ਤੋਂ ਐਕਸਕਲੇਮ ਦਾ ਮਤਲਬ ਹੁੰਦਾ ਚਿੱਲਾਉਣਾ ਇੱਕਦਮ ਕੋਈ ਗੱਲ ਕਹਿ ਦੇਣਾ ਠੀਕ ਹੈ ਸੋ ਹੈਰਾਨੀ ਨਾਲ ਵੀ ਗੱਲ ਕਹੀ ਜਾ ਸਕਦੀ ਹੈ ਵਿਦ ਵੰਡਰ ਹੈਰਾਨੀ ਨਾਲ ਵਿਦ ਸਰਪ੍ਰਾਈਜ਼ ਸੇਮ ਮੀਨਿੰਗ ਰੱਖਦੇ ਦੋਨੋਂ ਵਰਡ ਵਿਦ ਸੋਰੋ ਕੋਈ ਗੱਲ ਹੋ ਸਕਦੀ ਹੈ ਡਰ ਨਾਲ ਕੋਈ ਗੱਲ ਕਹਿ ਦਿੱਤੀ ਵਿਦ ਜੋਏ ਸੋਰੀ ਦੁੱਖ ਨਾਲ ਸੋਰੋ ਮਤਲਬ ਦੁੱਖ ਵਿਦ ਜੋਏ ਠੀਕ ਹੈ ਖੁਸ਼ੀ ਨਾਲ ਕੋਈ ਗੱਲ ਕਹਿਤੀ ਡਰ ਹੋ ਸਕਦਾ ਹੈ ਵਿਦ ਫੀਅਰ ਐਫ ਈ ਆਰ ਫੀਅਰ ਠੀਕ ਹੈ ਵਿਦ ਫੀਅਰ ਵਿਦ ਸੋਰੋ ਵਿਦ ਜੋਏ ਖੁਸ਼ੀ ਨਾਲ ਵਿਦ ਰਿਗਰੈਟ ਦਾ ਰਿਗਰੈਟ ਵੀ ਹੁੰਦਾ ਦੁੱਖ ਦੁੱਖ ਨਾਲ ਕੋਈ ਗੱਲ ਕਹੀ ਗਈ ਹੈ ਵਿਦ ਕੰਟੈਂਟ ਕਿਰਿਆ ਨਾਲ ਠੀਕ ਹੈ ਸੋ ਇਹ ਵੀ ਹੋ ਸਕਦਾ ਹੈ ਵਿਦ ਇਮਪੇਸ਼ੈਂਸ ਪੇਸ਼ੈਂਸ ਨਹੀਂ ਰੱਖਿਆ ਹੋਇਆ ਠੀਕ ਹੈ ਬੰਦਾ ਪੇਸ਼ੈਂਸ ਲੂਜ਼ ਕਰ ਗਿਆ ਇੱਕਦਮ ਬੋਲ ਪਿਆ ਇਮਪੇਸ਼ੈਂਸ ਲਈ ਕੋਈ ਗੱਲ ਕਹੀ ਹੋ ਸਕਦੀ ਹੈ ਠੀਕ ਹੈ ਇਹਨਾਂ ਨਾਲ ਵਿਦ ਵਰਡ ਯੂਜ ਕਰ ਸਕਦੇ ਆਪਾਂ ਵਿਦ ਵੰਡਰ ਵਿਦ ਸਰਪ੍ਰਾਈਜ਼ ਜਾਂ ਤਾਂ ਵਿਦ ਵਰਡ ਯੂਜ਼ ਕੀਤਾ ਹੋਇਆ ਮਿਲ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ ਜਾਂ ਵਿਦ ਦੀ ਵਿਦ ਨੂੰ ਰਿਮੂਵ ਵੀ ਕੀਤਾ ਜਾ ਸਕਦਾ ਹੈ ਤਾਂ ਇਹ ਸਿੱਧਾ ਵੀ ਹੋ ਸਕਦਾ ਵੰਡਰਫੁਲੀ ਵੰਡਰਫੁਲੀ ਸਰਪ੍ਰਾਈਜ਼ਿੰਗਲੀ ਸੋਰਫਲੀ ਠੀਕ ਹੈ ਜੋਏਫੁਲੀ ਰਿਲੈਕਟਫੁਲੀ ਇਸ ਤਰ੍ਹਾਂ ਵੀ ਵਰਡਸ ਦੇਖੋ ਬਣ ਸਕਦੇ ਨੇ ਇਹ ਇਸ ਤਰ੍ਹਾਂ ਵੀ ਯੂਜ ਕੀਤੇ ਹੋਏ ਹੋ ਸਕਦੇ ਨੇ ਠੀਕ ਹੈ ਵਿਦ ਨਾਲ ਵੀ ਆ ਸਕਦਾ ਜੇ ਵਿਦ ਲੱਗਿਆ ਹੋਇਆ ਨਾਲ ਫਿਰ ਫੁਲੀ ਨਹੀਂ ਹੋਏਗਾ ਜੇਕਰ ਵਿਦ ਨੂੰ ਰਿਮੂਵ ਕੀਤਾ ਹੋਏਗਾ ਤਾਂ ਇੱਥੇ ਫੁਲੀ ਲਿਖਿਆ ਹੋਊਗਾ ਨਾਲ ਵੰਡਰਫੁਲੀ ਸਰਪ੍ਰਾਈਜ਼ਿੰਗਲੀ ਠੀਕ ਹੈ ਸੋਰਫਲੀ ਰਿਜੈਕਟਫੁਲੀ ਜੋਏਫੁਲੀ ਇਸ ਤਰ੍ਹਾਂ ਕਲੀਅਰ ਸੋ ਇਹਨਾਂ ਵਰਡਸ ਦਾ ਯੂਜ ਹੋਏਗਾ ਇੱਥੇ ਰਿਪੋਰਟਿੰਗ ਵਰਬ ਦੇ ਵਿੱਚ ਠੀਕ ਹੈ ਸੋ ਕਿਵੇਂ ਯੂਜ ਕਰਨਾ ਹੈ ਦੇਖੋ ਐਗਜ਼ਾਮਪਲਸ ਨਾਲ ਆਪਾਂ ਦੇਖਦੇ ਹਾਂ ਇਸ ਤੋਂ ਬਿਨਾਂ ਦੇਖੋ ਐਕਸਕਲੇਮ ਜਿਹੜਾ ਹੈ ਵਰਡ ਇਸ ਤੋਂ ਬਿਨਾਂ ਵਿਸ਼ ਪ੍ਰੇ ਅਪਲਾਡ ਬਿਡ ਇਸ ਦੀ ਸੈਕਿੰਡ ਫੋਰਮ ਬੇਡ ਹੈ ਥਰਡ ਫੋਰਮ ਬਿਡਨ ਹੈ ਠੀਕ ਹੈ ਕਨਫੈਸ ਕ੍ਰਾਈ ਆਊਟ ਠੀਕ ਹੈ ਇਹ ਸਾਰੇ ਵਰਡਸ ਯੂਜ ਹੋ ਸਕਦੇ ਨੇ ਇੱਧਰਲੇ ਪਾਸੇ ਠੀਕ ਹੈ ਇਹ ਡਿਪੈਂਡ ਕਰਦਾ ਹੈ ਕਿ ਇੱਥੇ ਜੋ ਗੱਲ ਕਹੀ ਗਈ ਹੈ
ਉਹ ਕਿਸ ਢੰਗ ਨਾਲ ਕਹੀ ਗਈ ਹੈ ਤੇ ਗੱਲ ਕੀ ਹੈ ਉਹ, ਠੀਕ ਹੈ, ਕੰਟੈਂਟ ਕੀ ਹੈ, ਜਿਹਦਾ ਵਿਸ਼ ਕੀਤੀ ਹੋਈ ਹੈ। ਅਕਸਰ ਗੁੱਡ ਮੋਰਨਿੰਗ ਕਿਹਾ, ਠੀਕ ਹੈ, ਗੁੱਡ ਈਵਨਿੰਗ ਕਿਹਾ, ਤਾਂ ਵਿਸ਼ ਹੋ ਗਈ। ਇੱਥੇ ਆਪਾਂ ਵਰਡ ਜੋ ਵਿਸ਼ ਯੂਜ਼ ਕਰਾਂਗੇ ਫਿਰ, ਠੀਕ ਹੈ। ਵਿਸ਼ ਦੀ ਫੋਰਮ ਕੋਈ ਵੀ ਹੋ ਸਕਦੀ ਹੈ, ਜੇਕਰ ਇੱਧਰ ਜੋ ਹੈ ਸੇ ਆਇਆ ਹੋਇਆ ਹੈ ਤਾਂ ਫਿਰ ਆਪਾਂ ਵਿਸ਼ ਲਿਖਾਂਗੇ, ਸੇ ਨਾਲ ਐਸ ਲੱਗਿਆ ਹੋਇਆ ਤਾਂ ਵਿਸ਼ ਨਾਲ ਵੀ ਐਸ ਜੁੜ ਜਾਏਗਾ, ਵਿਸ਼ ਯੂਜ਼ ਹੋ ਜਾਏਗਾ। ਜੇਕਰ ਸੈਕੰਡ ਫੋਰਮ ਹੈ ਸੇ ਦੀ ਤਾਂ ਵਿਸ਼ ਦੀ ਵੀ ਸੈਕੰਡ ਫੋਰਮ ਯੂਜ਼ ਕਰ ਦਾਂਗੇ, ਵਿਸ਼ ਹੋ ਜਾਏਗਾ ਫਿਰ, ਠੀਕ ਹੈ। ਇਸੇ ਤਰ੍ਹਾਂ ਜੇ ਪ੍ਰੇ ਦੀ ਜੇਕਰ ਕੋਈ ਗੱਲ ਹੈਗੀ, ਇੱਥੇ ਤਾਂ ਪ੍ਰੇ ਵਰਡ ਵੀ ਯੂਜ਼ ਹੋ ਜਾਏਗਾ, ਠੀਕ ਹੈ। ਪ੍ਰੇ ਦੀ ਫੋਰਮ ਉਹੀ ਯੂਜ਼ ਕਰਨੀ ਹੈ ਜੋ ਸੇ ਦੀ ਫੋਰਮ ਆਈ ਹੋਵੇ ਇੱਥੇ ਰਿਪੋਰਟਿੰਗ ਵਰਬ ਦੇ ਵਿੱਚ, ਕਲੀਅਰ। ਸੋ ਇਸੇ ਤਰ੍ਹਾਂ ਇਹ ਵਰਡਸ ਯੂਜ਼ ਹੋ ਸਕਦੇ ਨੇ, ਇਹਨਾਂ ਵਿੱਚ ਕੋਈ ਵੀ ਵਰਡ ਯੂਜ਼ ਹੋ ਸਕਦਾ ਹੈ, ਇਹ ਡਿਪੈਂਡ ਕਰਦਾ ਗੱਲ ਕਿਵੇਂ ਕਹੀ ਗਈ ਹੈ। ਹੁਣ ਆਪਾਂ ਐਗਜ਼ਾਮਪਲਸ ਨਾਲ ਦੇਖਾਂਗੇ, ਕੁਝ ਐਗਜ਼ਾਮਪਲਸ ਆਪਾਂ ਨੇ ਲੈਣੇ, ਤੁਹਾਨੂੰ ਇਹ ਗੱਲ ਕਲੀਅਰ ਹੋ ਜਾਏਗੀ, ਠੀਕ ਹੈ। ਚਲੋ ਦੇਖੋ ਐਗਜ਼ਾਮਪਲਸ, ਫਸਟ ਆਪਣੇ ਕੋਲ ਹੀ ਸੈਡ ਵਾਟ ਅ ਬਿਊਟੀਫੁਲ ਸਾਈਟ, ਹੀ ਸੈਡ ਵਾਟ ਅ ਬਿਊਟੀਫੁਲ ਸਾਈਟ, ਉਸਨੇ ਕਿਹਾ ਕਿੰਨਾ ਸੋਹਣਾ ਦ੍ਰਿਸ਼ ਹੈ, ਕਿੰਨਾ ਖੂਬਸੂਰਤ ਦ੍ਰਿਸ਼ ਹੈ, ਠੀਕ ਹੈ। ਇਹ ਗੱਲ ਉਸਨੇ ਕਹੀ, ਠੀਕ ਹੈ, ਹੀ ਨੇ ਕਿਵੇਂ ਕਹੀ ਹੈ, ਖੁਸ਼ੀ ਨਾਲ ਕਹੀ ਹੋਈ ਗੱਲ ਹੈ, ਠੀਕ ਹੈ। ਉਸਨੇ ਕਿਹਾ ਵੀ ਕਿੰਨਾ ਖੂਬਸੂਰਤ ਦ੍ਰਿਸ਼ ਹੈ। ਇੱਥੇ ਦੇਖੋ ਉਸਨੇ ਪੁੱਛਿਆ ਨਹੀਂ ਹੈ, ਕੁਛ ਧਿਆਨ ਰੱਖਿਓ, ਵਾਟ ਯੂਜ ਹੋਇਆ ਇੱਥੇ, ਇਸਦਾ ਮਤਲਬ ਕੋਈ ਕੁਐਸਚਨ ਨਹੀਂ ਹੈ, ਇੰਟਰੋਗੇਸ਼ਨ ਨਹੀਂ ਹੈ, ਹੈਰਾਨੀ ਨਾਲ ਕਿਹਾ ਗਿਆ। ਹੈਰਾਨੀ ਮਤਲਬ ਇੱਥੇ ਇਹ ਹੈ ਵੀ ਕਿੰਨਾ ਸੋਹਣਾ ਦ੍ਰਿਸ਼ ਹੈ, ਇਸਦਾ ਭਾਵ ਅਰਥ ਕੀ ਹੈ ਕਿ ਦ੍ਰਿਸ਼ ਬਹੁਤ ਸੋਹਣਾ ਸੀ ਜੋ ਉਸ ਬੰਦੇ ਨੇ ਦੇਖਿਆ, ਠੀਕ ਹੈ, ਇਹ ਕਹਿਣ ਦਾ ਮਤਲਬ ਹੈ। ਸੋ ਐਕਸਕਲੇਮੇਟਰੀ ਸੈਂਟੈਂਸ ਹੈ, ਤੋ ਇੱਥੇ ਆਪਾਂ ਹੀ ਦਾ ਹੀ ਰੱਖ ਲਿਆ, ਸੈਡ ਦੀ ਥਾਂ ਤੇ ਕਰਤਾ ਆਪਾਂ ਨੇ ਐਕਸਕਲੇਮਡ, ਐਕਸਕਲੇਮ ਦੀ ਸੈਕਿੰਡ ਫਾਰਮ ਯੂਜ਼ ਕਰ ਦਿੱਤੀ ਕਿਉਂਕਿ ਸੇ ਦੀ ਸੈਕਿੰਡ ਫਾਰਮ ਸੈਡ ਆਇਆ ਹੋਇਆ ਸੀ, ਇੱਥੇ ਸੈਡ ਆਈ ਸੀ, ਸੈਕਿੰਡ ਫਾਰਮ ਆ ਗਈ ਸੀ, ਠੀਕ ਹੈ। ਕਿਵੇਂ ਉਸਨੇ ਗੱਲ ਕਹੀ ਹੈ, ਵਿਦ ਜੋਏ, ਹੀ ਐਕਸਕਲੇਮਡ ਵਿਦ ਜੋਏ, ਯਾਨੀ ਕਿ ਉਹ ਖੁਸ਼ੀ ਨਾਲ ਚਿਲਾਇਆ ਇੱਕਦਮ, ਠੀਕ ਹੈ। ਕੋਮਾ ਦੀ ਥਾਂ ਤੇ ਆਪਾਂ ਇੱਥੇ ਦੈਟ ਯੂਜ਼ ਕਰਾਂਗੇ, ਠੀਕ ਹੈ। ਇਹ ਦੱਸਿਆ ਹੋਇਆ ਪਹਿਲਾਂ ਵੀ ਜੇਕਰ ਸੈਂਟੈਂਸ ਐਕਸਕਲੇਮੇਟਰੀ ਹੈ ਤਾਂ ਕੋਮਾ ਦੀ ਥਾਂ ਤੇ ਕਿਹੜੀ ਕੰਜਕਸ਼ਨ ਲੱਗਦੀ ਹੈ, ਦੈਟ। ਇਹ ਦੇਖੋ ਇੱਥੋਂ ਤੱਕ ਇਹ ਰਿਪੋਰਟਿੰਗ ਵਰਬ ਬਣ ਗਈ, ਇਹ ਇੱਥੋਂ ਤੱਕ ਰਿਪੋਰਟਿੰਗ ਵਰਬ ਦਾ ਪਾਰਟ ਹੈ ਇਹ, ਹੀ ਐਕਸਕਲੇਮਡ ਵਿਦ ਜੋਏ, ਉਹ ਖੁਸ਼ੀ ਨਾਲ ਚਿਲਾਇਆ। ਇਸ ਨੂੰ ਇਹ ਵੀ ਕਹਿ ਸਕਦੇ ਸੀ ਆਪਾਂ, ਹੀ ਐਕਸਕਲੇਮਡ ਵਿਦ ਜੋਏ ਦੀ ਥਾਂ ਤੇ ਜੋਏਫੁਲੀ, ਇਕੱਠਾ ਹੀ ਐਕਸਕਲੇਮਡ ਜੋਏਫੁਲੀ, ਇਸ ਤਰ੍ਹਾਂ ਵੀ ਹੋ ਸਕਦਾ ਸੀ, ਜਾਂ ਹੀ ਐਕਸਕਲੇਮਡ ਵਿਦ ਜੋਏ, ਦੋਨੋਂ ਠੀਕ ਨੇ। ਇੱਥੋਂ ਤੱਕ ਰਿਪੋਰਟਿੰਗ ਵਰਬ ਦਾ ਪਾਰਟ ਬਣ ਗਿਆ ਹੈ। ਉਸ ਤੋਂ ਬਾਅਦ ਇਹ ਕੋਮਾਸ ਦੀ ਥਾਂ ਤੇ ਆਪਾਂ ਦੈਟ ਲਗਾ ਦਿੱਤਾ, ਤੇ ਇਟ ਵਾਸ ਅ ਵੈਰੀ ਬਿਊਟੀਫੁਲ ਸਾਈਟ, ਉਹ ਖੁਸ਼ੀ ਨਾਲ ਚਿਲਾਇਆ ਕਿ ਇਹ ਬਹੁਤ ਖੂਬਸੂਰਤ ਦ੍ਰਿਸ਼ ਸੀ। ਇੱਧਰ ਵੋਜ ਕਿਉਂ ਆਇਆ, ਇੱਟ ਕਿਉਂ ਆਇਆ, ਇਹ ਆਪਾਂ ਡਿਸਕਸ ਕਰਾਂਗੇ ਅਗਲੀ ਵੀਡੀਓਜ਼ ਦੇ ਵਿੱਚ। ਆਪਾਂ ਬਸ ਇੱਥੇ ਹੀ ਆਉਣ ਵਾਲੇ ਹਾਂ ਕਿ ਸਪੀਚ ਦੇ ਵਿੱਚ ਕੀ ਚੇਂਜਸ ਹੋ ਸਕਦੇ ਨੇ, ਠੀਕ ਹੈ ਜੀ। ਉਸ ਤੋਂ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ ਫਿਰ। ਫਿਲਹਾਲ ਇਹ ਦੇਖੋ ਵੀ ਇੱਥੇ ਇਹ ਕਿਵੇਂ ਯੂਜ਼ ਕੀਤਾ, ਆਪਾਂ ਨੇ ਰਿਪੋਰਟਿੰਗ ਵਰਬ ਦੇ ਵਿੱਚ ਕੀ ਚੇਂਜ ਹੋਇਆ। ਓਕੇ, ਹੀ ਸੈਡ ਵਾਟ ਅ ਗ੍ਰੇਟ ਮਿਜ਼ਰੀ, ਉਸਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ, ਵਾਟ ਗ੍ਰੇਟ ਮਿਜ਼ਰੀ, ਠੀਕ ਹੈ। ਸੋ ਸੈਡ ਦਾ ਕੀ ਹੋ ਜਾਏਗਾ, ਦੇਖੋ ਹੀ ਦਾ ਤਾਂ ਹੀ ਰਹਿ ਗਿਆ ਸਬਜੈਕਟ, ਸੈਡ ਦਾ ਐਕਸਕਲੇਮਡ ਵਿਦ ਸਰਪ੍ਰਾਈਜ਼, ਹੈਰਾਨੀ ਨਾਲ ਉਸਨੇ ਕਿਹਾ, ਕੋਮਾ ਦੀ ਥਾਂ ਤੇ ਲੱਗਿਆ ਜੀ ਦੈਟ, ਠੀਕ ਹੈ। ਇਹ ਦੋ ਵਾਰ ਦੈਟ ਇਸ ਦੇ ਵਿੱਚ ਲੱਗ ਸਕਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਨਫਿਊਜ਼ ਨਹੀਂ ਹੋਣਾ, ਐਗਜ਼ਾਮ ਦੇ ਵਿੱਚ ਆ ਸਕਦਾ ਹੈ, ਠੀਕ ਹੈ। ਇੱਕੋ ਸੈਂਟੈਂਸ ਦੇ ਵਿੱਚ ਦੋ ਵਾਰ ਦੈਟ ਲਗਾਤਾਰ ਆ ਸਕਦਾ ਹੈ, ਕਿਉਂ ਆਇਆ ਇਹ, ਦੇਖੋ ਵਾਟ ਅ ਗ੍ਰੇਟ ਮਿਜ਼ਰੀ, ਉਹ ਜਿਸ ਮਿਜ਼ਰੀ ਦੀ ਗੱਲ ਕਰ ਰਿਹਾ ਹੈ ਉਸ ਟਾਈਮ ਦਿਸ ਕਹਿ ਕੇ ਬੋਲਿਆ ਹੋਊਗਾ, ਠੀਕ ਹੈ। ਇਸ ਕਰਕੇ ਇੱਥੇ ਇਹ ਜੋ ਹੈ ਦਿਸ ਦਾ ਦੈਟ ਬਣਿਆ ਹੈ, ਇਹ ਦੈਟ ਕੰਜਕਸ਼ਨ ਹੈ, ਠੀਕ ਹੈ ਜੀ। ਸੋ ਹੀ ਐਕਸਕਲੇਮਡ ਵਿਦ ਸਰਪ੍ਰਾਈਜ਼, ਜਾਂ ਆਪਾਂ ਕਹਿ ਸਕਦੇ ਸੀ ਹੀ ਐਕਸਕਲੇਮਡ ਸਰਪ੍ਰਾਈਜ਼ਿੰਗਲੀ, ਠੀਕ ਹੈ। ਕੋਮਾਸ ਦੀ ਥਾਂ ਤੇ ਆ ਗਿਆ ਜੀ ਦੈਟ, ਬਾਕੀ ਦੀ ਗੱਲ ਆਪਾਂ ਸਪੀਚ ਜਦੋਂ ਡਿਸਕਸ ਕਰਾਂਗੇ ਕੀ ਚੇਂਜਸ ਕਿਵੇਂ ਹੋਣਗੇ ਉੱਥੇ ਗੱਲ ਕਰਦੇ ਹਾਂ, ਠੀਕ ਹੈ ਜੀ। ਦੇਖੋ ਹੀ ਸੈਡ ਗੁੱਡ ਬਾਏ ਫਰੈਂਡਸ, ਉਸਨੇ ਕਿਹਾ ਗੁੱਡ ਬਾਏ ਫਰੈਂਡਸ। ਹੁਣ ਇਹ ਧਿਆਨ ਰੱਖਣਾ ਵੀ ਜਦੋਂ ਇੱਥੇ ਗੁੱਡ ਬਾਏ ਆ ਜਾਏ, ਕਿਸੇ ਨੂੰ ਅਲਵਿਦਾ ਕਿਹਾ, ਠੀਕ ਹੈ, ਫੇਅਰਵੈਲ ਵਰਡ ਵੀ ਯੂਜ਼ ਕਰਦੇ ਹਾਂ ਆਪਾਂ, ਠੀਕ ਹੈ, ਫੇਅਰਵੈਲ, ਅਲਵਿਦਾ, ਗੁੱਡ ਬਾਏ ਵੀ ਯੂਜ਼ ਕਰਦੇ ਹਾਂ, ਠੀਕ ਹੈ। ਜਦੋਂ ਇਹ ਵਰਡਸ ਗੁੱਡ ਬਾਏ ਫੇਅਰਵੈਲ ਇੱਥੇ ਆਉਂਦਾ ਹੈ ਤਾਂ ਧਿਆਨ ਰੱਖਣਾ ਇੱਥੇ ਆਪਾਂ ਫਿਰ ਬਿਡ ਦੀ ਫੋਰਮ ਯੂਜ਼ ਕਰਾਂਗੇ, ਬਿਡ, ਬਿਡ, ਬੇਡ ਆ ਸੀਗਾ, ਬਿਡ, ਬੇਡ, ਬਿਡਲ, ਥਰਡ ਫੋਰਮ ਹੁੰਦੀ ਹੈ ਇੱਥੇ। ਬੇਡ ਆਪਾਂ ਨੇ ਲਿਖਿਆ, ਚਲੋ ਇੱਥੇ ਸੈਡ ਆਇਆ ਸੀ, ਇਹ ਸੇ ਦੀ ਸੈਕਿੰਡ ਫੋਰਮ ਆਇਆ ਸੀ, ਤਾਂ ਆਪਾਂ ਬਿਡ ਦੀ ਵੀ ਸੈਕਿੰਡ ਫੋਰਮ ਇੱਥੇ ਯੂਜ਼ ਕਰ ਦਿੱਤੀ ਹੈ, ਧਿਆਨ ਰੱਖਣਾ। ਹੀ ਬੇਡ ਗੁੱਡ ਬਾਏ ਟੂ ਹਿਸ ਫਰੈਂਡਸ, ਹੁਣ ਇੱਥੇ ਦੇਖੋ ਦੈਟ ਲਗਾਉਣ ਦੀ ਕੋਈ ਜ਼ਰੂਰਤ ਹੀ ਨਹੀਂ ਪਈ ਆਪਾਂ ਨੂੰ, ਠੀਕ ਹੈ। ਇਸਦਾ ਜੋ ਇਸੈਂਸ ਹੈ, ਕੰਟੈਂਟ ਹੈ, ਮੇਨ ਗੱਲ ਹੈਗੀ, ਉਹ ਸਿੱਧੀ ਆਪਾਂ ਨੇ ਆਪਣੇ ਸ਼ਬਦਾਂ ਵਿੱਚ ਕਹਿ ਦਿੱਤੀ, ਜਿਵੇਂ ਕਿ ਸ਼ੁਰੂ 'ਚ ਦੱਸਿਆ ਸੀ ਕਿ ਡਾਇਰੈਕਟ ਸਪੀਚ ਦਾ ਮਤਲਬ ਹੈ ਕਿਸੇ ਦੇ ਕਹੇ ਹੋਏ ਸ਼ਬਦਾਂ ਨੂੰ ਐਜ ਇਟ ਇਜ਼ ਦੱਸਣਾ, ਬੋਲਣਾ ਐਜ ਇਟ ਇਜ਼, ਦੈਟ ਇਜ਼ ਕਾਲਡ ਡਾਇਰੈਕਟ ਸਪੀਚ। ਅਤੇ ਇਨਡਾਇਰੈਕਟ ਸਪੀਚ ਕੀ ਹੈ, ਸਾਰ ਗੱਲ ਦਾ ਉਹੀ ਹੈ,
निचोड़ ਉਹੀ ਹੈ ਗੱਲ ਦਾ ਪਰ ਸ਼ਬਦ ਅਲੱਗ ਜਿਹੜਾ ਯੂਜ਼ ਕੀਤੇ ਗਏ ਹੋਣ ਠੀਕ ਹੈ ਉਦੋਂ ਕਹਿੰਦੇ ਆਪਾਂ ਵੀ ਇਨਡਾਇਰੈਕਟ ਸਪੀਚ ਬਣ ਗਈ ਹੈ ਹੁਣ ਦੇਖੋ ਇਸ ਦਾ ਮਤਲਬ ਸਮਝੋ ਹੀ ਸੈਡ ਗੁੱਡ ਬਾਏ ਫਰੈਂਡਸ ਉਸਨੇ ਕਿਹਾ ਦੋਸਤੋ ਅਲਵਿਦਾ ਯਾਨੀ ਕਿ ਸਿੱਧਾ ਸਿੱਧਾ ਮੀਨਿੰਗ ਕੀ ਬਣਦਾ ਹੈ ਕਿ ਉਸਨੇ ਆਪਣੇ ਦੋਸਤਾਂ ਨੂੰ ਅਲਵਿਦਾ ਕਿਹਾ ਇਹ ਬਣ ਗਿਆ ਨਾ ਇਸ ਦੀ ਦੇਖੋ ਹੀ ਬੇਡ ਗੁੱਡ ਬਾਏ ਟੂ ਹਿਜ਼ ਫਰੈਂਡਸ ਠੀਕ ਹੈ ਇੱਥੇ ਟੂ ਜੋ ਹੈ ਯੂਜ਼ ਕਰਾਂਗੇ ਆਪਾਂ ਪਰ ਕੋਮਾ ਦੀ ਥਾਂ ਤੇ ਕੋਈ ਦੈਟ ਕੰਜਕਸ਼ਨ ਕੋਈ ਯੂਜ਼ ਨਹੀਂ ਹੋਏਗੀ ਦਿਮਾਗ ਰੱਖਿਓ ਟਿਪੀਕਲ ਸੈਂਟੈਂਸ ਹੈ ਓਕੇ ਦ ਗਰਲ ਸੈਡ ਹੁਰਾ ਮਾਈ ਬ੍ਰਦਰ ਸਟੈਂਡਸ ਫਸਟ ਲੜਕੀ ਨੇ ਕਿਹਾ ਇਹ ਖੁਸ਼ੀ ਨਾਲ ਕਹੀ ਹੋਈ ਹੈ ਗੱਲ ਦੇਖੋ ਠੀਕ ਹੈ ਜੋਏ ਨਾਲ ਗੱਲ ਕਹੀ ਇੱਕਦਮ ਚਿਲਾਈ ਹੋ ਹੁਰਾ ਮਾਈ ਬ੍ਰਦਰ ਸਟੈਂਡਸ ਫਸਟ ਮੇਰਾ ਭਰਾ ਜੋ ਹੈ ਉਹ ਪਹਿਲੇ ਨੰਬਰ ਤੇ ਆ ਗਿਆ ਹੈ ਠੀਕ ਹੈ ਸੋ ਇੱਥੇ ਯੂਜ਼ ਕੀਤਾ ਦੇਖੋ ਸੈਡ ਦੀ ਥਾਂ ਤੇ ਕੀ ਵਰਡ ਯੂਜ਼ ਕਰਾਈਡ ਆਊਟ ਯਾਨੀ ਕਿ ਉਹ ਇੱਕਦਮ ਚਿਲਾਈ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਦ ਗਰਲ ਐਕਸਕਲੇਮਡ ਵਿਦ ਜੋਏ ਠੀਕ ਹੋ ਜਾਏਗਾ ਕੋਈ ਦਿੱਕਤ ਨਹੀਂ ਠੀਕ ਹੈ ਇਹ ਸੈਂਸ ਤੇ ਡਿਪੈਂਡ ਕਰਦਾ ਹੈ ਕਿ ਇੱਥੇ ਜੋ ਕੰਟੈਂਟ ਹੈ ਉਹ ਕਿਸ ਤਰੀਕੇ ਨਾਲ ਬੋਲਿਆ ਗਿਆ ਹੈ ਫੀਲਿੰਗਸ ਕੀ ਨੇ ਇਮੋਸ਼ਨਸ ਕੀ ਨੇ ਉਸਦੇ ਅੰਦਰ ਉਸਦੇ ਅਕੋਰਡਿੰਗ ਇੱਥੇ ਆਪਾਂ ਵਰਡ ਜੋ ਯੂਜ਼ ਕਰਦੇ ਹਾਂ ਦ ਗਰਲ ਕ੍ਰਾਈਡ ਆਊਟ ਲੜਕੀ ਚਿਲਾਈ ਵਿਦ ਜੋਏ ਖੁਸ਼ੀ ਨਾਲ ਜਾਂ ਵਿਦ ਡਿਲਾਈਟ ਵੀ ਕਹਿ ਸਕਦੇ ਹਾਂ ਡਿਲਾਈਟ ਦਾ ਮਤਲਬ ਵੀ ਖੁਸ਼ੀ ਹੁੰਦਾ ਦੋਨੋਂ ਸਿਮਿਲਰ ਹੈਗੇ ਨੇ ਵਰਡ ਦੋਨੋਂ ਇਹ ਠੀਕ ਹੈ ਸੋ ਦ ਕ੍ਰਾਈਡ ਵਿਦ ਜੋਏ ਔਰ ਦ ਗਰਲ ਕ੍ਰਾਈਡ ਵਿਦ ਡਿਲਾਈਟ ਫਿਰ ਕੋਮਾਸ ਦੀ ਥਾਂ ਤੇ ਆਪਾਂ ਨੇ ਦੈਟ ਲਗਾ ਦਿੱਤਾ ਇਹ ਧਿਆਨ ਰੱਖਣਾ ਵੀ ਜੋ ਇਸ ਤਰ੍ਹਾਂ ਦੇ ਇੰਟਰਜੈਕਸ਼ਨਸ ਨੇ ਹੁਰਰਾ ਆ ਓ ਅਲਾਸ ਬ੍ਰੇਵੋ ਵੈਲ ਡਨ ਠੀਕ ਹੈ ਸਪਲੈਂਡਿਡ ਇਹ ਸਾਰੇ ਵਰਡਸ ਜਿਹੜੇ ਨੇ ਇੰਟਰਜੈਕਸ਼ਨ ਸੇ ਰਿਮੂਵ ਕਰ ਦੇਣੇ ਆ ਇਹ ਧਿਆਨ ਰੱਖਣਾ ਤੇ ਬਹੁਤ ਹੈਲਪ ਹੋਏਗੀ ਤੁਹਾਨੂੰ ਜਦੋਂ ਆਪਸ਼ਨਸ ਦੇਖੋਗੇ ਨਾ ਰਾਈਟ ਕਰੈਕਟ ਆਪਸ਼ਨ ਲੱਭੋਗੇ ਤਾਂ ਦੇਖ ਲਿਓ ਜੇਕਰ ਸੈਂਟੈਂਸ ਇਸ ਤਰ੍ਹਾਂ ਦਾ ਡਾਇਰੈਕਟ ਸਪੀਚ ਆਈ ਹੋਈ ਆਪਣੇ ਕੋਲ ਉਸਦੇ ਵਿੱਚ ਇੰਟਰਜੈਕਸ਼ਨ ਕੋਈ ਆਇਆ ਹੋਇਆ ਤਾਂ ਉਸਦੇ ਆਨਸਰ ਵਿੱਚ ਇੰਟਰਜੈਕਸ਼ਨ ਨਹੀਂ ਹੋਊਗਾ ਕਦੇ ਵੀ ਇੰਟਰਜੈਕਸ਼ਨ ਜਾਂ ਕੋਈ ਵੀ ਆਇਆ ਹੁਰਰਾ ਆ ਓ ਅਲਾਸ ਵੈਲ ਡਨ ਬ੍ਰੇਵੋ ਸਪਲੈਂਡਿਡ ਗੁੱਡ ਹੈਵਨਸ ਇਸ ਤਰ੍ਹਾਂ ਦੇ ਵਰਡਸ ਯੂਜ ਹੋਏ ਹੁੰਦੇ ਨੇ ਤਾਂ ਇਸ ਤਰ੍ਹਾਂ ਐਕਸਕਲੇਮੇਸ਼ਨ ਮਾਰਕ ਲੱਗਿਆ ਹੁੰਦਾ ਹੈ ਇਹ ਰਿਮੂਵ ਕਰ ਦੇਣੇ ਹੁੰਦੇ ਆਪਾਂ ਨੇ ਜਦੋਂ ਇਸ ਨੂੰ ਆਪਾਂ ਇਨਡਾਇਰੈਕਟ ਸਪੀਚ ਬਣਾਉਂਦੇ ਹਾਂ ਠੀਕ ਹੈ ਦ ਗਰਲ ਕ੍ਰਾਈਡ ਆਊਟ ਵਿਦ ਜੋਏ ਔਰ ਵਿਦ ਡਿਲਾਈਟ ਦੈਟ ਹਰ ਬ੍ਰਦਰ ਸਟੂਡ ਫਸਟ ਠੀਕ ਹੈ ਉਸਦਾ ਭਰਾ ਪਹਿਲੇ ਨੰਬਰ ਤੇ ਆਇਆ ਕਲਾਸ ਵਿੱਚ ਓਕੇ ਨੈਕਸਟ ਮੈਸ ਦੇਖੋ ਹੀ ਸੈਡ ਉਸਨੇ ਕਿਹਾ ਅਲਾਸ ਹਾਊ ਫੁਲਿਸ ਆਈ ਹੈਵ ਬੀਨ ਉਸਨੇ ਕਿਹਾ ਇਹ ਅਲਾਸ ਜੋ ਹੈ ਉਦੋਂ ਯੂਜ਼ ਕਰਦੇ ਆਪਾਂ ਜਦੋਂ ਕੋਈ ਗੱਲ ਦੁੱਖ ਵਾਲੀ ਗੱਲ ਹੋਵੇ ਇਹ ਜੋ ਇੰਟਰਜੈਕਸ਼ਨ ਹੈ ਇਹ ਦੁੱਖ ਨੂੰ ਪ੍ਰਗਟਾਉਂਦਾ ਹੈ ਠੀਕ ਹੈ ਜਿਵੇਂ ਕਿ ਹੁਰਰਾ ਜੋ ਹੈ ਖੁਸ਼ੀ ਨੂੰ ਪ੍ਰਗਟਾਉਂਦਾ ਹੈ ਹੁਰਰਾ ਜੋ ਹੈ ਖੁਸ਼ੀ ਪ੍ਰਗਟਾਉਂਦਾ ਹੈ ਇੰਟਰਜੈਕਸ਼ਨ ਅਤੇ ਜੋ ਅਲਾਸ ਹੈ ਇਹ ਇੰਟਰਜੈਕਸ਼ਨ ਜੋ ਹੈ ਦੁੱਖ ਪ੍ਰਗਟ ਕਰਦਾ ਹੈ ਦੁੱਖ ਲਈ ਇਸ ਨੂੰ ਯੂਜ਼ ਕਰਦੇ ਹਾਂ ਆਪਾਂ ਦੁੱਖ ਨੂੰ ਵਿਅਕਤ ਕਰਨ ਲਈ ਐਕਸਪ੍ਰੈਸ ਕਰਨ ਲਈ ਠੀਕ ਹੈ ਉਸਨੇ ਕਿਹਾ ਅਲਾਸ ਹਾਊ ਫੁਲਿਸ ਆਈ ਹੈਵ ਬੀਨ ਕਿ ਮੈਂ ਕਿੰਨਾ ਮੂਰਖ ਸੀ ਮੈਂ ਮੂਰਖ ਹੀ ਰਿਹਾ ਮੈਂ ਇਹ ਗੱਲ ਆਪਣੇ ਆਪ ਉਸਨੇ ਦੇਖੋ ਹੁਣ ਇੱਥੇ ਕੀ ਹੈ ਉਸਨੇ ਗੱਲ ਆਪਣੇ ਆਪ ਮੰਨ ਲਈ ਕਿ ਮੈਂ ਮੂਰਖ ਰਿਹਾ ਠੀਕ ਹੈ ਅਤੇ ਬਈ ਮੂਰਖਤਾ ਵਾਲੇ ਕੰਮ ਕੀਤੇ ਮੈਂ ਸਹੀ ਕੰਮ ਨਹੀਂ ਕੀਤਾ ਠੀਕ ਹੈ ਮੂਰਖ ਰਿਹਾ ਮੈਂ ਇਹ ਗੱਲ ਉਸਨੇ ਕੀ ਕੀਤੀ ਸਵੀਕਾਰ ਕਰ ਲਈ ਮੰਨ ਲਈ ਮੰਨੀ ਵੀ ਕਿਵੇਂ ਮਤਲਬ ਦੁੱਖ ਨਾਲ ਮੰਨੀ ਇਹ ਦੁੱਖ ਨਾਲ ਉਸਨੇ ਜਾਂ ਨਮੋਸ਼ੀ ਨਾਲ ਸਵੀਕਾਰ ਕੀਤਾ ਕਿ ਮੈਂ ਗਲਤ ਸੀ ਮੈਂ ਮੂਰਖ ਸੀ ਠੀਕ ਹੈ ਸੋ ਹੀ ਕਨਫੈਸ ਤਾਂ ਉਹਨੇ ਸਵੀਕਾਰ ਕਰ ਲੈਣਾ ਟੂ ਐਡਮਿਟ ਠੀਕ ਹੈ ਮੰਨ ਲੈਣਾ ਗੱਲ ਨੂੰ ਇਹ ਮੈਂ ਮੇਰੇ ਕੋਲ ਗਲਤੀ ਹੋ ਗਈ ਠੀਕ ਹੈ ਮੈਂ ਮੰਨਦਾ ਹਾਂ ਆਈ ਕਨਫੈਸ ਇਟ ਠੀਕ ਹੈ ਆਈ ਹੀ ਕਨਫੈਸਡ ਸੈਡ ਦਾ ਜੋ ਕਨਫੈਸ ਲਿਖਦਾ ਆਪਾਂ ਨੇ ਕਿਵੇਂ ਕਨਫੈਸ ਕੀਤਾ ਉਸਨੇ ਵਿਦ ਰਿਗਰੈਟ ਦੁੱਖ ਨਾਲ ਇਹ ਗੱਲ ਉਸਨੇ ਸਵੀਕਾਰ ਕੀਤੀ ਕੋਮਾ ਦੀ ਥਾਂ ਤੇ ਕੀ ਆ ਜਾਏਗਾ ਫਿਰ ਦੈਟ ਇਹ ਜੋ ਅਲਾਸ ਹੈ ਇਹ ਰਿਮੂਵ ਕਰਨਾ ਆਪਾਂ ਨੇ ਇੰਟਰਜੈਕਸ਼ਨ ਹੁਰਰਾ ਇਹ ਰਿਮੂਵ ਕਰਨੇ ਹੁੰਦੇ ਨੇ ਠੀਕ ਹੈ ਹੀ ਆਈ ਯਾਨੀ ਕਿ ਉਹ ਹੀ ਹੈ ਇਹ ਇਸ ਕਰਕੇ ਹੀ ਲੱਗ ਗਿਆ ਇੱਥੇ ਠੀਕ ਹੈ ਹੈਡ ਦਾ ਹੈਡ ਦੇ ਵਿੱਚ ਚੇਂਜ ਹੋ ਗਿਆ ਹੈਡ ਬੀਨ ਵੈਰੀ ਫਲਿਸ਼ ਇਹ ਕਿਉਂ ਚੇਂਜ ਹੋ ਗਿਆ ਹੈਡ ਇੱਥੇ ਕਿਉਂਕਿ ਟੈਂਸ ਚੇਂਜ ਹੋਣਾ ਹੈ ਇਸਦਾ ਕਿਉਂਕਿ ਇੱਧਰ ਪਾਸਟ ਟੈਂਸ ਆਇਆ ਹੋਇਆ ਹੈ ਠੀਕ ਹੈ ਜੀ ਉਮੀਦ ਕਰਨਾ ਤੁਹਾਨੂੰ ਇਹ ਗੱਲਾਂ ਜੋ ਸਮਝ ਆ ਗਈਆਂ ਹੋਣਗੀਆਂ ਅਤੇ ਸਾਰੀਆਂ ਵੀਡੀਓਜ਼ ਦੇਖ ਲਓ ਇੱਥੋਂ ਤੱਕ ਦੀਆਂ ਉਸ ਤੋਂ ਬਾਅਦ ਫਿਰ ਅਗਲੀ ਵੀਡੀਓਜ਼ ਦੇ ਵਿੱਚ ਹੁਣ ਆਪਾਂ ਡਿਸਕਸ ਕਰਾਂਗੇ ਵੀ ਜਿਵੇਂ ਇੱਥੇ ਹੈਡ ਕਿਉਂ ਹੋਇਆ ਠੀਕ ਹੈ ਇਹ ਮੈਂ ਥੋੜ੍ਹਾ ਜਿਹਾ ਸ਼ੁਰੂਆਤ ਕਰ ਦਿੰਦਾ ਇੱਥੇ ਦੱਸ ਦਿੰਦਾ ਬੱਚਿਓ ਧਿਆਨ ਰੱਖਣਾ ਹੈ ਜਦੋਂ ਇੱਧਰ ਵਾਲੀ ਜੋ ਵਰਬ ਹੈ ਨਾ ਵਰਬ ਇਹ ਜੇਕਰ ਇਹ ਪਾਸਟ ਦੇ ਵਿੱਚ ਹੈ ਪਾਸਟ ਟੈਂਸ ਦੇ ਵਿੱਚ ਹੈ ਠੀਕ ਹੈ ਤਾਂ ਫਿਰ ਇੱਧਰ ਵਾਲਾ ਜੋ ਸੈਂਟੈਂਸ ਹੈ ਨਾ ਇਸਦਾ ਟੈਂਸ ਚੇਂਜ ਹੁੰਦਾ ਹੈ ਕੀ ਚੇਂਜ ਹੁੰਦਾ ਹੈ ਟੈਂਸ ਜਿਵੇਂ ਦੇਖੋ ਇਸ ਸੈਂਟੈਂਸ ਦੇ ਵਿੱਚ ਇੱਥੇ ਸਟੈਂਸ ਆਇਆ ਸੀ ਵਰਬ ਦੀ ਫਸਟ ਫੋਰਮ ਪਲੱਸ ਐਸ ਸੀ ਯਾਨੀ ਕਿ ਥਰਡ ਪਰਸਨ ਸਿੰਗੂਲਰ ਫੋਰਮ ਲੱਗੀ ਹੋਈ ਸੀ ਠੀਕ ਹੈ ਪਰ ਜਦੋਂ ਇਸ ਨੂੰ ਮੈਂ ਇਨਡਾਇਰੈਕਟ ਦੇ ਵਿੱਚ ਚੇਂਜ ਕੀਤਾ ਤਾਂ ਇੱਥੇ ਮੈਂ ਸਟੈਂਡ ਦੀ ਥਾਂ 'ਤੇ ਕੀ ਲਿਖ ਦਿੱਤਾ ਦੇਖੋ ਸਟੂਡ ਲਿਖ ਦਿੱਤਾ ਇਹ ਸੈਕਿੰਡ ਫੋਰਮ ਆਫ ਵਰਬ ਹੈ ਠੀਕ ਹੈ ਇਹ ਜੋ ਪ੍ਰੈਜੈਂਟ ਇਨਡੈਫੀਨਿਟ ਟੈਂਸ ਹੈ ਇਸ ਨੂੰ ਮੈਂ ਪਾਸਟ ਇਨਡੈਫੀਨਿਟ ਟੈਂਸ ਦੇ ਵਿੱਚ ਚੇਂਜ ਕਰ ਦਿੱਤਾ ਹੈ
ठीक है, इस तरह टेंस चेंज होता है जदों इत्थे जो है पास्ट टेंस दे विच वर्ब होवे अपनी रिपोर्टिंग वर्ब दा टेंस जेकर पास्ट है तां रिपोर्टेड स्पीच यानी कि कोमास वाला पार्ट है उसका टेंस चेंज हो जाता है। केड़ा टेंस किस विच चेंज होता है रूल्स ने ये मैं तुहानू दसूंगा अगली वीडियोस दे विच। ठीक है फिलहाल इत्थे इस सेंटेंस बारे दस देना, इत्थे फर्स्ट फॉर्म लगी हुई ना देखो एसईएस यानी कि प्रेजेंट इंडेफिनिट टेंस है ते पास्ट इंडेफिनिट टेंस विच चेंज हो जाता है। इत्थे भी देख लो यानी कि तरह अपने देखो सैदा है सेकंड फॉर्म है इसका मतलब इधर टेंस चेंज होगा। ठीक है ही सैड सैड आ गया पास्ट है ता आई हैव बीन हैव जड़ा है ये हैड दे विच चेंज हो जाता है हैज जा हैव आ जवे वो जो है हैड दे विच चेंज हो जाता है यानी कि हैज हैव देखो थर्ड फॉर्म किथे लगदी है प्रेजेंट परफेक्ट टेंस दे विच लगदी है इसका मतलब ये हो गया कि जो प्रेजेंट परफेक्ट टेंस है इस नू पास्ट परफेक्ट टेंस दे विच चेंज करना पैंदा है कदों जेकर वर्ब इधर जो है पास्ट विच होवे जेकर वर्ब प्रेजेंट दे विच इथे या फ्यूचर दे विच है फिर इधर टेंस चेंज नहीं हुंदा बाकी जो चेंजेस करने आपां ने ओ होणगे बट टेंस नहीं चेंज होऊगा टेंस ही रहेगा। ठीक है उम्मीद करदा तुहानूं इह शुरुआत वधिया लगी होएगी बाकी डिटेल दे विच आपां आउण वालियां वीडियोस दे विच डिस्कस करांगे कि रिपोर्टेड स्पीच दे विच की चेंजेस हुंदे ने किवें हुंदे ने। ठीक है हुण मैनूं तुसीं दिओ इजाजत ते तुसीं सारीआं वीडियोस जो नरेशन नाल रिलेटेड पहलां अपलोड हो चुकीआं ने वो सारियां देख लो प्लेलिस्ट बनी हुई है पी ट्विस्ट प्लस बी दे नाते एक प्लेलिस्ट है उसके विच सारे सारियां वीडियोस ने बाकी अलग अलग भी प्लेलिस्ट बनी हुई है नरेशन दे नाते अलग है टेंस दी अलग है चेंज ऑफ वॉइस दी अलग है सब्जेक्ट वर्ब कनकोर्ड दी अलग लिस्ट है। ठीक है तुसी इह तुहाडी इच्छा है जिवें तुहानूं ईजी लगदा है उत्थों तुसी आपदा वीडियोस देख सकदे हो। सो मिलदे हां नैक्सट वीडियो दे विच थैंक यू वेरी मच बाय बाय।